मैं बड़ी हैरान, मैं क्या अजी मॉडल टाउन गुरुद्वारे च हो गया तो असं तो कल जाना वे उत्थे, ते अगे आके वेखिया अंदर कुर्सियां कोई ना, एक पासे खलोते टाइम कीता, हाँ वे हुण बाहर आके बैठे हैं थोड़ी देर, अंदर खलोता नहीं सी जांदा पिया। महाराज का जो हाल बनया जिंदे विच महाराज सवारी उत्थे कोई कुर्सी नहीं, जो बाहर हैगा ना ओपन जगह उत्थे सी, उत्थे उन्होंने भन तो उत्थे उन्होंने की इतराज है। लेकिन ये बजुर्ग जड़े ने जो सीनियर सिटीजन ने वो आना बंद कर देंगे, समझे कि नहीं, इनका मतलब ये सिखी का प्रचार तुसी नहीं करते बल्कि तुसी सिखी के प्रचार के विच रोड़ा अड़काते। गुरद्वारा सिंह सभा मॉडल टाउन जलंधर दे विच कल रात कुछ नौजवानों ने अंदर दरबार दे जिहड़ियां कुर्सियां लगियां सी उन्हां नूं बाहर कढ के पहलां भन तोड़ कीती, उस तों बाद उन्हां नूं अग लगा दित्ती। उन्होंने कहा कि दरबार दे विच श्री गुरु ग्रंथ साहिब दी जी दी हजूरी दे विच बराबर दीआं कुर्सियां लगियां हुंदियां ने, इस करके असी कुर्सियां बाहर कढ के साड़ियां ने। मेरे नाल बजुर्ग अंकल आंटी ने, हालांकि ये भी मत्था टेकन इसे गुरुद्वारे दे विच पहुंचे ने, पर कहिंदे कि साडे कोल अंदर बैठिया नहीं गया तां असीं दरबार तों बाहर आ के बैठे हाँ। तां बजुर्ग ने अंकल ते आंटी होणी, आंटी जी सब तो पहलां यही कि ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ, ਰਾਤ ਜੋ ਕੁਝ ਹੋਇਆ ਵੀਡੀਓਜ਼ ਤੁਸੀਂ ਦੇਖੀਆਂ ਹੋਣਗੀਆਂ ਜੀ? ਉਹਨੇ ਅਸੀਂ ਅਖਬਾਰ ਪੇਪਰ ਪੜ੍ਹਿਆ, ਸਾਰੀਆਂ ਫੋਟੋ ਵਿੱਚ ਆਈਆਂ ਹੋਈਆਂ ਨੇ। ਮੈਂ ਬੜੀ ਹੈਰਾਨ, ਮੈਂ ਕਿਹਾ ਅੱਜ ਮਾਡਲ ਟਾਊਨ ਗੁਰਦੁਆਰੇ 'ਚ ਹੋ ਗਿਆ ਤਾਂ ਅਸੀਂ ਤਾਂ ਕੱਲ੍ਹ ਜਾਣਾ ਵੇ ਉੱਥੇ, ਅਤੇ ਅੱਗੇ ਆ ਕੇ ਵੇਖਿਆ ਅੰਦਰ ਕੁਰਸੀਆਂ ਕੋਈ ਨਾ, ਇੱਕ ਪਾਸੇ ਖਲੋਤੇ ਟਾਈਮ ਕੀਤਾ, ਹਾਂ ਵੀ ਹੁਣ ਬਾਹਰ ਆ ਕੇ ਬੈਠੇ ਹਾਂ ਥੋੜ੍ਹੀ ਦੇਰ, ਅੰਦਰ ਖਲੋਤਾ ਨਹੀਂ ਸੀ ਜਾਂਦਾ ਪਿਆ। ਅੰਦਰ ਬੈਠਣ ਦੀ ਕੋਸ਼ਿਸ਼ ਕੀਤੀ? ਬੈਠਣ ਮੈਂ ਨਹੀਂ ਲੱਗ, ਮੈਂ ਬੈਠ ਨਹੀਂ ਸਕਦੀ। ਮੇਨ ਚੀਜ਼ ਹੈਗੀ ਹੈ ਕਿ ਜਿੱਥੇ ਮਹਾਰਾਜ ਦੀ ਸਵਾਰੀ ਹੋਵੇ ਉੱਥੇ ਤਾਂ ਅਸੀਂ ਵੀ ਐਗਰੀ ਵੀ ਨਹੀਂ ਕੁਰਸੀ ਲੈਣੀ ਚਾਹੀਦੀ, ਲੇਕਿਨ ਬਾਹਰ ਜਿਹੜਾ ਵਿਹੜਾ ਕੋਰਟਯਾਰਡ ਹੈ ਉਹਦੇ ਵਿੱਚ ਤਾਂ ਲੱਗਣੀ ਚਾਹੀਦੀ, ਜਿੱਥੇ ਬਾਹਰ ਧੁੱਪ ਹੈਗੀ ਹੈ ਕੁਛ ਆਣ ਕੇ ਆਰਾਮ ਨਹੀਂ ਕਰ ਸਕਦਾ ਬੰਦਾ, ਬਾਹਰ ਅੰਦਰ ਥੱਕ ਜਾਂਦਾ ਬੈਠਾ ਬੈਠਾ, ਬਾਹਰ ਆਣ ਕੇ ਥੋੜ੍ਹਾ ਰਿਲੈਕਸ ਹੋ ਜਾਂਦਾ, ਉਹ ਵੀ ਇਹਨਾਂ ਨੇ ਖਤਮ ਕਰ ਦਿੱਤਾ, ਗਲਤ ਗੱਲ ਹੈ। ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਮੁਤਾਬਕ ਮੈਂ ਉਹਨੂੰ ਐਪਰੀਸ਼ੀਏਟ ਕਰਨਾ ਕਿ ਇਹ ਜਿਹੜਾ ਲਤੀਫਪੁਰੇ ਵਾਲਾ ਮਾਮਲਾ ਹੋਇਆ ਉਹਦੇ ਵਿੱਚ ਉਹਨਾਂ ਨੇ ਜਾ ਕੇ ਉਹਨਾਂ ਦਾ ਸੇਵਾ ਕਰਨ ਦਾ ਵੀ ਹੱਥ ਫੜਿਆ, ਉਹਨਾਂ ਦੀ ਸੇਵਾ ਕਰਨ ਦਾ ਕੀਤਾ, ਉਹ ਅੱਛੀ ਗੱਲ ਹੈ, ਅਸੀਂ ਐਪਰੀਸ਼ੀਏਟ ਕਰਦੇ ਹਾਂ। ਇਹੋ ਜਿਹੇ ਕੰਮ ਕਰਨੇ ਚਾਹੀਦੇ, ਨਾ ਕਿ ਤੁਸੀਂ ਗੁਰਦੁਆਰਾ ਵਿੱਚ ਆਣ ਕੇ ਇਹੋ ਜਿਹੀ ਹੁੱਲੜਬਾਜ਼ੀ ਕਰੋ। ਅਗਰ ਤੁਹਾਨੂੰ ਕੋਈ ਇਤਰਾਜ਼ ਹੈਗਾ ਤਾਂ ਗੁਰਦੁਆਰਾ ਦੀ ਮੈਨੇਜਮ ਕਮੇਟੀ ਦੇ ਨਾਲ ਤੁਸੀਂ ਬੈਠ ਕੇ ਗੱਲਬਾਤ ਕਰੋ, ਉੱਥੇ ਹੱਲ ਕੱਢੋ, ਉੱਥੇ ਸੀਨੀਅਰ ਸਿਟੀਜ਼ਨ ਨੂੰ ਬੁਲਾ ਲਓ, ਉਹਨਾਂ ਦੇ ਵਿਊ ਲਓ, ਫਿਰ ਤੁਸੀਂ ਜੋ ਕਰਨਾ ਕਰੋ। ਇਹ ਨਹੀਂ ਕਿ ਆਪਣੀ ਮਰਜ਼ੀ ਨਾਲ ਤੁਸੀਂ ਕੋਈ ਚੀਜ਼ ਥੋਪ ਦਿਓ। ਕਦੀ ਵੀ ਕੋਈ ਵੀ ਪਬਲਿਕ ਮੈਨ ਜਿਹੜਾ ਹੈਗਾ ਜੇ ਸਖਤੀ ਨਾਲ ਥੋਪੀ ਜਾਏਗੀ ਗੱਲ ਉਹਨੇ ਨਹੀਂ ਮੰਨੇਗਾ। ਅੱਛਾ, ਤੁਸੀਂ ਵੀ ਵੀਡੀਓਜ਼ ਜਾਂ ਉਹਨਾਂ ਦੀ ਬਿਆਨਬਾਜ਼ੀ ਸੁਣੀ ਹੋਊਗੀ, ਉਹ ਕਹਿੰਦੇ ਵੀ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਰਸੀਆਂ ਮੇਜ਼ ਲੱਗਣੀਆਂ ਇੱਕ ਤਰ੍ਹਾਂ ਦੀ ਬੇਅਦਬੀ ਹੈ। ਉਹ ਪਹਿਲੀ ਗੱਲ ਤਾਂ ਹੈਗੀ ਹੈ, ਮਹਾਰਾਜ ਦੀ ਹਜ਼ੂਰੀ 'ਚ ਕੋਈ ਕੁਰਸੀ ਨਹੀਂ, ਸਮਝਿਆ ਕਿ ਨਹੀਂ, ਬਾਹਰ ਸੀਗਾ ਕੋਰਟਯਾਰਡ ਜਿਹੜਾ ਹੈਗਾ ਮਹਾਰਾਜ ਦਾ ਜਿਹੜਾ ਹਾਲ ਬਣਿਆ ਜਿਹਦੇ ਵਿੱਚ ਮਹਾਰਾਜ ਸਵਾਰੀ ਉੱਥੇ ਕੋਈ ਕੁਰਸੀ ਨਹੀਂ, ਜਿਹੜਾ ਬਾਹਰ ਹੈਗਾ ਨਾ ਓਪਨ ਜਗ੍ਹਾ ਉੱਥੇ ਸੀ, ਉੱਥੇ ਉਹਨਾਂ ਨੇ ਭੰਨ ਤੋੜ ਕੀਤੀ, ਉੱਥੇ ਉਹਨਾਂ ਨੂੰ ਕੀ ਇਤਰਾਜ਼ ਹੈ? ਪਹਿਲੀ ਗੱਲ ਤਾਂ ਹੈਗੀ ਹੈ। ਫਿਰ ਸਿਟੀਜ਼ਨ ਹੁਣ ਚਾਹੁੰਦੇ ਨੇ ਵੀ ਸੀਨੀਅਰ ਸਿਟੀਜ਼ਨ ਜਿਹੜੇ ਨੇ ਬਜ਼ੁਰਗ ਜਿਹੜੇ ਨੇ ਉਹ ਨਾ ਹੀ ਆਉਣ ਗੁਰਦੁਆਰੇ, ਰੌਣਕ ਹੀ ਨਾ ਬਣੇ, ਹੁੱਲੜਬਾਜ਼ੀ ਵਾਲੇ ਬੰਦੇ ਆਉਣ, ਚਲੋ ਠੀਕ ਹੈ। ਲੱਗਦਾ ਵੀ ਇਸ ਦਾ ਅਸਰ ਬਜ਼ੁਰਗਾਂ ਦੇ ਉੱਪਰ, ਜਿਹੜੇ ਸ਼ਾਂਤੀ ਪਸੰਦ ਲੋਕ ਨੇ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਪਊਗਾ ਜੀ? ਅਸਰ ਤਾਂ ਬਜ਼ੁਰਗਾਂ 'ਤੇ ਵੀ ਪਏਗਾ, ਜਿਹੜੇ ਗੁਰੂ ਘਰ ਨੂੰ ਮੰਨਣ ਵਾਲੇ ਨੇ ਉਹਨਾਂ 'ਤੇ ਵੀ ਪਏਗਾ, ਲੇਕਿਨ ਇਹ ਬਜ਼ੁਰਗ ਜਿਹੜੇ ਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹ ਆਉਣਾ ਬੰਦ ਕਰ ਦੇਣਗੇ, ਸਮਝਿਆ ਕਿ ਨਹੀਂ, ਇਹਦਾ ਮਤਲਬ ਇਹ ਸਿੱਖੀ ਦਾ ਪ੍ਰਚਾਰ ਤੁਸੀਂ ਨਹੀਂ ਕਰਦੇ ਬਲਕਿ ਤੁਸੀਂ ਸਿੱਖੀ ਦੇ ਪ੍ਰਚਾਰ ਦੇ ਵਿੱਚ ਰੋੜਾ ਅੜਕਾਉਂਦੇ। ਸਿੱਖੀ ਦਾ ਪ੍ਰਚਾਰ ਨਹੀਂ ਹੋਊਗਾ ਜੀ? ਹੈ ਹੋਏਗਾ, ਇਸ ਤਰੀਕੇ ਨਾਲ ਪ੍ਰਚਾਰ ਨਹੀਂ ਹੋ ਸਕਦਾ। ਜਦੋਂ ਤੁਸੀਂ ਜਿਵੇਂ ਸਵੇਰੇ ਅਖਬਾਰ 'ਚ ਪੜ੍ਹਿਆ ਹੋਊਗਾ ਫੋਟੋਜ਼ ਦੇਖੀਆਂ, ਤੁਸੀਂ ਕਿਹਾ ਕਿ ਅਸੀਂ ਅੱਜ ਆਉਣਾ ਸੀਗਾ ਇੱਥੇ, ਤਾਂ ਫਿਰ ਉਦੋਂ ਇੱਕ ਵਾਰੀ ਤਾਂ ਮਨ 'ਚ ਆਇਆ ਹੋਊਗਾ ਵੀ ਇਹ ਮੈਂ ਕਹਾਂ ਕਿ ਮਾਡਲ ਟਾਊਨ ਗੁਰਦੁਆਰੇ ਹੋਇਆ ਵੇ, ਮੈਨੂੰ ਬਾਹਰ ਕੋਈ ਦਿਸਦਾ ਨਹੀਂ ਪਿਆ, ਜਦੋਂ ਮੈਂ ਅੰਦਰ ਗਈ ਤਾਂ ਸਾਰੀਆਂ ਕੁਰਸੀਆਂ ਅੰਦਰ ਕੁਰਸੀਆਂ ਸਾਰੀਆਂ ਚੁੱਕੀਆਂ ਪਈਆਂ, ਬੈਠੇ ਹੀ ਨਹੀਂ ਪਾਏ, ਵਿਹੜੇ 'ਚ ਰੱਖੋ। ਉਹਦਾ ਪਾਰਟੀਸ਼ਨ ਕੀਤੀ ਹੋਈ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਪਏ ਨੇ, ਉਹਦੇ ਕੰਧ ਇੱਕ ਤਰ੍ਹਾਂ ਛੋਟੀ ਕੰਧ ਕੀਤੀ ਹੋਈ ਹੈ, ਬਿਲਕੁਲ ਇਹਨਾਂ ਨਾਲ ਦਿਸਦਾ ਸਿਰਫ, ਬਾਕੀ ਬੜੇ ਆਰਾਮ ਨਾਲ ਸਾਰਾ ਬੈਠੇ ਹਾਂ। ਅੱਛਾ ਜੀ, ਥੈਂਕ ਯੂ, ਜਾ ਰਹੇ ਹਾਂ, ਸਾਨੂੰ ਲੇਟ ਹੋ ਰਹੇ ਹਾਂ। ਕੋਈ ਗੱਲ ਨਹੀਂ, ਤੁਸੀਂ ਕਰ ਲਓ ਕੋਈ ਗੱਲ ਨਹੀਂ। ਤਾਂ ਇਹ ਬਜ਼ੁਰਗ ਜੋੜਾ ਹੈ, ਹਾਲਾਂਕਿ ਕਈ ਤਰ੍ਹਾਂ ਦੀਆਂ ਐਗਜ਼ੈਂਪਲਾਂ ਇੱਥੇ ਤੁਹਾਨੂੰ
देखन नूं मिलणगियां कि जिवें आंटी अंकल होणा कोल अंदर महाराज दी हजूरी दे विच नहीं बैठा जाणा तां हाल दी घड़ी इह वी बाहर आ के कुर्सियां दे उपर बैठे ने जिवें आ देखो कि आ सोटी दे नाल इह तुरदे ने जां इहनां कोलों चौंकड़ी मार के नहीं बैठा जाता ਤਾਂ ਇਹ ਭਾਈ ਸਾਹਿਬ ਹੋਣੀ ਉਹਨਾਂ ਨੂੰ ਲੈਣ ਆਏ ਨੇ ਮਾਤਾ ਜੀ ਨੂੰ ਤਾਂ ਅਜਿਹੇ ਬਜ਼ੁਰਗ ਕਈ ਹੋਣਗੇ ਇੱਦਾਂ ਦੇ ਜਿਨ੍ਹਾਂ ਦੇ ਕੋਲੋਂ ਠੀਕ ਹੈ ਆਂਟੀ ਜੀ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਈ ਅਜਿਹੇ ਜਿਹੜੇ ਨੇ ਬਜ਼ੁਰਗ ਹੋਣਗੇ ਜਿਨ੍ਹਾਂ ਕੋਲੋਂ ਤੁਰਿਆ ਨਹੀਂ ਜਾਂਦਾ ਜਾਂ ਬੈਠਿਆ ਚੌਂਕੜੀ ਮਾਰ ਕੇ ਨਹੀਂ ਜਾਂਦਾ ਤਾਂ ਉਹਨਾਂ ਦੇ ਲਈ ਦਿੱਕਤਾਂ ਜ਼ਰੂਰ ਨੇ ਹਾਲਾਂਕਿ ਮੈਂ ਤੁਹਾਨੂੰ ਅੰਦਰ ਦੀਆਂ ਵੀ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਅੰਦਰ ਪਾਰਟੀਸ਼ਨ ਦਰਬਾਰ ਦੇ ਅੰਦਰ ਮਹਾਰਾਜ ਦੀ ਜਿੱਥੇ ਸਰੂਪ ਪਿਆ ਹੈ ਉਸ ਦੇ ਨਾਲ ਬਿਲਕੁਲ ਪਾਰਟੀਸ਼ਨ ਕੀਤੀ ਹੋਈ ਹੈ ਇੱਕ ਪਾਰਟੀਸ਼ਨ ਦੀ ਛੋਟੀ ਕੰਧ ਜਿਵੇਂ ਕੀਤੀ ਹੁੰਦੀ ਹੈ ਉਹ ਕੀਤੀ ਹੋਈ ਹੈ ਅਤੇ ਉਸ ਤੋਂ ਨੀਵੀਂ ਜਗ੍ਹਾ ਦੇ ਉੱਪਰ ਉਹ ਕੁਰਸੀਆਂ ਪਈਆਂ ਸੀ ਤਾਂ ਜਿਸ ਤਰੀਕੇ ਨਾਲ ਰਾਤ ਕਹਿੰਦੇ ਕਿ ਹੁੱਲੜਬਾਜ਼ੀ ਕੀਤੀ ਗਈ ਹੈ ਉਹਦੇ ਨਾਲ ਸਿੱਖੀ ਦਾ ਪ੍ਰਚਾਰ ਵਧੇਗਾ ਨਹੀਂ ਬਲਕਿ ਘਟੇਗਾ ਅਤੇ ਲੋਕਾਂ ਦੇ ਮਨਾਂ ਦੇ ਵਿੱਚ ਡਰ ਬੈਠੇਗਾ ਕਿ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਈਏ ਜਾਂ ਫਿਰ ਨਹੀਂ ਜਾਈਏ। ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਜਲੰਧਰ।